ਦੇਖ ਰਹੇ ਹੋ ਜੀ ਪ੍ਰਾਈਮੇਸ਼ਰ ਟੀਵੀ ਮੈਂ ਹਾਂ ਗੁਰਪ੍ਰੀਤ ਸੰਧਵਾਲੀਆ ਤੇ ਇਸ ਵਕਤ ਦੀਆਂ ਖਬਰਾਂ ਦੇ ਵਿੱਚ ਆਪਾਂ ਚਰਚਾ ਕਰਾਂਗੇ ਆਪਾਂ ਨੂੰ ਸਭ ਨਾਲ ਪ੍ਰਾਈਮ ਡਿਸਕਸ਼ਨ ਪ੍ਰੋਗਰਾਮ ਚ ਤੇ ਇੱਕ ਤਾਂ ਜਿਹੜਾ ਇਸ ਵਕਤ ਦਿੱਲੀ ਦੇ ਵਿੱਚ ਸੰਘਰਸ਼ ਚੱਲਦਾ ਪਿਆ ਉਹ ਦੇ ਵਿੱਚ ਕੋਈ ਕਿਸ ਤਰ੍ਹਾਂ ਦੀ ਕਮੀ ਨਹੀਂ ਐ ਸਗੋਂ ਹੋਰ ਜਿਹੜੇ ਕਿਸਾਨ ਨੇ ਵੱਖ-ਵੱਖ ਸਟੇਟਾਂ ਤੋਂ ਉੱਥੇ ਪਹੁੰਚ ਰਹੇ ਆ ਤੇ ਉਸ ਸੰਘਰਸ਼ ਨੂੰ ਕਹਿ ਲੋ ਕਿ ਹੋਰ ਤਿੱਖਾ ਕਰਨ ਦੀ ਉਥੋਂ ਦੇ ਜਿਹੜੇ ਲੀਡਰ ਨੇ ਕਿਸਾਨ ਲੀਡਰ ਉਹਨਾਂ ਦੀ ਆਵਾਜ਼ ਆ ਬਾਕੀ ਇਹਦਾ ਪੂਰੇ ਦੇਸ਼ ਦੇ ਵਿੱਚ ਤੇ ਰਾਜਨੀਤੀ ਵਾਲੇ ਪਾਸੇ ਕੀ ਕੁਝ ਚੱਲ ਰਿਹਾ ਆਪਾਂ ਉਹਦਾ ਜ਼ਿਕਰ ਵੀ ਕਰਾਂਗੇ ਤੇ ਕੁਝ ਖਬਰਾਂ ਹੋਰ ਨੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਆਪਾਂ ਸਭ ਬਹੁਤ ਬਹੁਤ ਸਵਾਗਤ ਜੀ ਜੀ ਬਹੁਤ ਸਵਾਗਤ ਆਈ ਦੀ ਕਾਲ ਸੀ ਕਿ ਕਿਸਾਨਾਂ ਦੀ ਕਿ ਵੀ ਜਿੰਨੇ ਲੀਡਰ ਨੇ ਉਹਨਾਂ ਨੇ ਇੱਕ ਦਿਨ ਦੀ ਪੋਖੜ ਹੜਤਾਲ ਰੱਖਣੀ ਆ ਸੋ ਉਹਨਾਂ ਨੇ ਪੋਖੜ ਹੜਤਾਲ ਵੀ ਰੱਖੀ ਤੇ ਨਾਲ ਇਹ ਸੀ ਕਿ ਸਮੁੱਚੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤਰਨੇ ਪ੍ਰਦਰਸ਼ਨ ਕੀਤੇ ਜਾਣ ਜਿਹਦੇ ਵਿੱਚ ਡੀਸੀ ਦਫ਼ਤਰਾਂ ਦੇ ਘਰਾਓ ਦੀ ਗੱਲ ਵੀ ਸੀ ਉਹ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀ ਉਹਦੇ ਹਿਸਾਬ ਨਾਲ ਵੀ ਉਹਨਾਂ ਨੇ ਆਪਣਾ ਪ੍ਰੋਗਰਾਮ ਅੱਜ ਨਿਭਾਇਆ ਹੁਣ ਤੱਕ ਦੀ ਚਾਲ ਨੂੰ ਕਿ ਦੱਖੂਕ ਕਿਸਾਨਾਂ ਨੇ ਆਪਣੇ ਆਗੂਆਂ ਦੀ ਅਗਵਾਈ ਥੱਲੇ ਸੰਘਰਸ਼ ਬਹੁਤ ਸਿਖਰ ਤੇ ਪਹੁੰਚਾ ਲਿਆ ਉੱਤੇ ਜਾ ਕੇ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਸਭ ਕੁਝ ਇਹ ਪ੍ਰੋਟੈਸਟ ਦੇ ਟਾਂਗੋ ਦੇ ਕਦੇ ਨਾਕੇ ਤੋੜ ਕੇ ਅੱਗੇ ਵਧਣਾ ਕਦੇ ਆਖਰੀ ਨਾਕੇ ਤੇ ਜਾ ਕੇ ਖਲੋਣਾ ਕਦੇ ਸਰਕਾਰ ਨਾਲ ਗੱਲਬਾਤ ਕਰਨੀ ਕਦੇ ਗੱਲਬਾਤ ਦਾ ਬਾਈਕਾਟ ਕਰਨਾ ਇਹ ਸਭ ਕੁਝ ਚੱਲਦਾ ਹੁੰਦਾ ਹੈ ਹੁਣ ਉਹਦੇ ਵਿੱਚ ਇੱਕ ਪੜਾ ਇਹੋ ਜਿਹਾ ਆ ਗਿਆ ਨਾ ਸਮਝਿਆ ਕਿ ਅਸੀਂ ਇੱਕ ਦਿਨ ਦੀ ਭੁੱਖ ਹੜਤਾਲ ਕਰਦੇ ਹਾਂ ਸਾਡੇ ਦੇਸ਼ ਦੇ ਵਿੱਚ ਭੁੱਖ ਹੜਤਾਲ ਨੂੰ ਸਤਿਆਗ੍ਰਹਿ ਨੂੰ ਸ਼ਾਂਤਮਈ ਵਰਤ ਰੱਖ ਕੇ ਬੈਠਣ ਨੂੰ ਇੱਕ ਸੰਘਰਸ਼ ਦੇ ਤੌਰ ਤੇ ਮਾਨਤਾ ਹੈ ਜੀ ਪੁਰਾਣੇ ਸਮਿਆਂ ਤੋਂ ਵੀ ਆਜ਼ਾਦੀ ਦੀ ਲਹਿਰ ਦੇ ਵਿੱਚ ਵੀ ਜਤਿੰਦਰਨਾਥ ਦਾਸ ਭੁੱਖ ਹੜਤਾਲ ਕਰਕੇ ਮਰਨ ਵਰਤ ਰੱਖ ਕੇ ਤੁਰ ਗਿਆ ਸੀ ਇਹ ਵੀ ਇੱਕ ਸੰਘਰਸ਼ ਦਾ ਢੰਗ ਹੈਗਾ ਇਹਨਾਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਹੈ ਪਤਾ ਨਹੀਂ ਕਿਸਾਨ ਕਿੰਨੇ ਨਾਲ ਬੈਠੇ ਹੋਣਗੇ ਪੋਕਰ ਧਾਲ ਤੇ ਉਹ ਤਾਂ ਮੈਨੂੰ ਪਤਾ ਨਹੀਂ ਪਰ ਇੱਕ ਪੜਾ ਦੇ ਤੌਰ ਤੇ ਇਹਨਾਂ ਨੇ ਇਹ ਵੀ ਜੋ ਕੁਝ ਕੀਤਾ ਗਲਤ ਨਹੀਂ ਕੀਤਾ ਰਹਿ ਗਈ ਗੱਲ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਮਾਰਨ ਦੀ ਸਭ ਥਾਵਾਂ ਤੋਂ ਰਿਪੋਰਟਾਂ ਸਾਡੇ ਕੋਲ ਆਉਂਦੀਆਂ ਕਿ ਧਰਨੇ ਬਹੁਤ ਵਧੀਆ ਰਿਹਾ ਬੜਾ ਚੰਗਾ ਪ੍ਰਬੰਧ ਸੀ ਸਭ ਕੁਝ ਠੀਕ ਸੀ ਹਾਜ਼ਰੀ ਬਹੁਤ ਤਗੜੀ ਹੋਈ ਲਾ-ਮਿਸਾਲ ਸੀ ਪਰ ਦੁੱਖ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਉੱਥੇ ਜਾ ਕੇ ਵੱਖ-ਵੱਖ ਬੋਲੀਆਂ ਬੋਲੀਆਂ ਜਾ ਰਹੀਆਂ ਨੇ ਇਹਨਾਂ ਧਰਨਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਵੀ ਮੁੜ-ਮੁੜ ਇਸ ਤਰ੍ਹਾਂ ਦੀਆਂ ਵੱਖ-ਵੱਖ ਬੋਲੀਆਂ ਬੋਲੀਆਂ ਜਾਂਦੀਆਂ ਜਿਹੜੀਆਂ ਇਸ ਸੰਘਰਸ਼ ਦਾ ਨੁਕਸਾਨ ਕਰਨਗੇ ਮੈਂ ਪਹਿਲਾਂ ਵੀ ਆਖਿਆ ਸੀ ਹੁਣ ਵੀ ਇਹ ਕਹਿੰਨਾ ਕਿ ਸੰਘਰਸ਼ ਨੂੰ ਸਿਰਫ ਕਿਸਾਨਾਂ ਦੇ ਸੰਘਰਸ਼ ਤੱਕ ਸੀਮਿਤ ਰੱਖਿਆ ਜਾਵੇ ਉਹਨੂੰ ਜੇ ਇੱਕ ਖਾਸ ਧਰਮ ਨਾਲ ਜੋੜ ਕੇ ਸੰਘਰਸ਼ ਦਾ ਰੂਪ ਦਿੱਤਾ ਜਾਣਾ ਜੇ ਇੱਕ ਖਾਸ ਧਰਮ ਵੱਲ ਸਿੱਧ ਤਕਰੀਰਾਂ ਕੀਤੀਆਂ ਜਾਂਦੀਆਂ ਉਹਦੇ ਖਿਲਾਫ ਤੇ ਉਹਦਾ ਨੁਕਸਾਨ ਹੁੰਦਾ ਕੁਝ ਸਮਾਂ ਤੋਂ ਸਾਰੇ ਕੋਲ ਰਿਪੋਰਟ ਆ ਇਹੋ ਜੀਆਂ ਵੀ ਆਈਆਂ ਜਿਹੜੀਆਂ ਰਿਪੋਰਟਾਂ ਦੱਸਦੀਆਂ ਕਿ ਕਿਸਾਨਾਂ ਦਾ ਸਾਂਝਾ ਸੰਘਰਸ਼ ਆ ਤੇ ਇਸ ਸੰਘਰਸ਼ ਦੇ ਵਿੱਚ ਇਹ ਨਾਲ ਜਦੋਂ ਗੱਲਾਂ ਸ਼ੁਰੂ ਹੋ ਜਾਂਦੀਆਂ ਅਸੀਂ ਹਰਿਆਣੇ ਨੂੰ ਕੋਈ ਪਾਣੀ ਨਹੀਂ ਦੇਣਾ ਨਾ ਦਿਓ ਜਦੋਂ ਮੁੱਦਾ ਉੱਠੇਗਾ ਉਦੋਂ ਗੱਲ ਕਰਿਓ ਨਾ ਜੀ ਐਸ ਤਰ੍ਹਾਂ ਜਿਹੜਾ ਮੁੱਦਾ ਉਹਦੇ ਵਿੱਚ ਤਾਂ ਤੁਸੀਂ ਤੇ ਹਰਿਆਣੇ ਵਾਲੇ ਸਾਰੇ ਇਕੱਠੇ ਆ ਇਸ ਮੁੱਦੇ ਉੱਤੇ ਸੰਘਰਸ਼ ਕਰਦੇ ਆ ਪਾਣੀ ਵਾਲਾ ਮੁੱਦਾ ਛੇੜਨ ਦਾ ਮਤਲਬ ਇਹ ਹੈ ਕਿ ਹਰਿਆਣੇ ਵਾਲੇ ਵੱਖਰੇ ਹੋ ਜਾਣ ਤਾਂ ਤੁਸੀਂ ਵੱਖਰੇ ਹੋ ਜਾਓ। ਰਾਜਸਥਾਨ ਨੂੰ ਪਾਣੀ ਨਹੀਂ ਦੇਣਾ ਇਹ ਵੀ ਮੁੱਦਾ ਹੁਣ ਨਾਲ ਚੁੱਕਿਆ ਗਿਆ। ਕੁਝ ਥਾਵਾਂ ਤੇ ਚੁੱਕਿਆ ਗਿਆ। ਇਹ ਮੁੱਦਾ ਐਸੋਲੇ ਚੁੱਕਣ ਬਣਾ ਨਹੀਂ ਤੁਸੀਂ ਪਹਿਲਾਂ ਚੁੱਕ ਲੈਂਦੇ। ਜੀ। ਜਾਣ ਬਾਅਦ ਚੁੱਕ ਲਿਓ। ਐਸੋਲੇ ਤਾਂ ਰਾਜਸਥਾਨ ਵਾਲੇ ਵੀ ਤੁਹਾਡੇ ਨਾਲ ਨੇ। ਕਈਆਂ ਗੱਲਾਂ ਤੇ મતભੇਦ ਹੋ ਸਕਦੇ ਆ ਪਰ ਜਿਹੜੇ ਸਾਂਝੇ ਮੁੱਦੇ ਤੇ ਲੜਾਈ ਚੱਲਦੀ ਪਈ ਆ ਉਹਦੇ ਉੱਤੇ ਲੜਨਾ ਚਾਹੀਦਾ। ਇਸ ਗੱਲ 'ਚ ਮੁਸ਼ਕਲ ਇਹ ਹੋ ਆਉਂਦੀ ਆ। ਕਿ ਸਿਆਸੀ ਪਾਰਟੀਆਂ ਦੇ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਰਨ ਲੱਗ ਪੈਂਦੇ ਆ ਜਿਹੜੀਆਂ ਗੱਲਾਂ ਅੰਤ ਨੂੰ ਇਸ ਸੰਘਰਸ਼ ਨੂੰ ਲੀਹ ਤੋਂ ਲਾਉਣ ਦਾ ਕਾਰਨ ਬਣ ਸਕਦੀਆਂ ਕੁਝ ਆਗੂ ਆਪਸ ਦੀਆਂ ਕਰਦੇ ਆ ਕੁਝ ਆਗੂਆਂ ਦੇ ਕਹਿਣ ਤੇ ਜਾਂ ਸਖਾ ਕੇ ਭੇਜੇ ਹੋਏ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜੀਆਂ ਇਸ ਸੰਘਰਸ਼ ਦਾ ਨੁਕਸਾਨ ਕਰ ਸਕਦੀਆਂ ਤੇ ਜਿਨ੍ਹਾਂ ਤੋਂ ਬਚਣਾ ਚਾਹੀਦਾ ਪਰ ਦੂਜੇ ਪਾਸੇ ਜਦੋਂ ਆਪਾਂ ਸਰਕਾਰ ਵਾਲੇ ਪਾਸੇ ਦੀ ਗੱਲ ਕਰਦੇ ਹਾਂ ਜੀ ਉਧਰੋਂ ਤਾਂ ਹੁਣ ਉਹ ਜਿਹੜਾ ਉਹਨਾਂ ਨੇ ਆਪਣਾ ਪ੍ਰੋਗਰਾਮ ਦਿੱਤਾ ਸੀ ਪ੍ਰੈਸ ਕਾਨਫਰੰਸਾਂ ਵਾਲਾ ਜਾਂ ਵੱਖ-ਵੱਖ ਥਾਵਾਂ ਤੇ ਚਪਾਲ ਲਾਉਣੀਆਂ ਜੀ ਸੱਤ ਚ ਬਹਿਣਾ ਜਾਂ ਮੀਡੀਆ ਦੇ ਵਿੱਚ ਜਾ ਕੇ ਆਪਾਂ ਆਪਣੀ ਗੱਲ ਰੱਖਣੀ ਆ। ਉਹ ਉਸੇ ਤਰ੍ਹਾਂ ਹੀ ਆ ਬਲਕਿ ਉਹਨੂੰ ਹੋਰ ਤਿੱਖਾ ਵੀ ਕਰਤਾ। ਹੁਣ ਤਾਂ ਕੁਝ ਅਖਬਾਰਾਂ 'ਚ ਇਸ਼ਤਿਹਾਰ ਵੀ ਦੇਖੇ ਜਾ ਰਹੇ ਆ ਜੇ ਸਰਕਾਰ ਪੂਰਾ ਸਮਝਾ ਰਹੀ ਹੈ ਪਿਆ ਸੱਚ ਹੈ ਆ ਝੂਠ ਹੈ ਆ ਝੂਠ ਹੈ ਸੱਚ ਹੈ। ਮੋਦੀ ਸਾਹਿਬ ਦੀ ਕਿਸਾਨ ਨਾਲ ਫੋਟੋ ਵੀ ਲਾਈ। ਮੋਦੀ ਸਾਹਿਬ ਪਤਾ ਨਹੀਂ ਕਿਹੜੇ ਕਿਸਾਨ ਨਾਲ ਕਦੋਂ ਮਿਲੇ ਹੋਣਗੇ। ਫੋਟੋ ਬਣਾਉਣ ਤੁਹਾਡੀ ਇੱਥੇ ਬੈਠਿਆਂ ਦੀ ਡੋਨਲਡ ਟਰੰਪ ਨਾਲ ਖਿੱਚ ਕੇ ਆਖਿਆ ਜਾ ਸਕਦਾ ਕਿ ਇਹ ਗੁਰਪ੍ਰੀਤ ਸਿੰਘ ਸੰਧਾਵੜਗਤ ਤੇ ਡੋਨਲਡ ਟਰੰਪ ਇੱਕ ਦੂਸਰੇ ਦੇ ਬਹੁਤ ਨੇੜੇ ਹੈ ਜੀ ਅੱਜ ਕੱਲ ਤੇ ਫੋਟੋ ਬਣਾਉਣੀਆਂ ਬਹੁਤ ਸੌਖੀਆਂ ਨੇ ਕਿਸੇ ਦੀ ਕਿਸੇ ਨਾਲ ਜੋੜ ਕੇ ਬਣਾਈ ਜਾ ਸਕਦੀ ਹੈ ਇੱਥੇ ਸੋਸ਼ਲ ਮੀਡੀਆ ਤੇ ਰੋਜ਼ ਅਸੀਂ ਵੇਖਦੇ ਹਾਂ ਗਰਲਫ੍ਰੈਂਡ ਬੁਆਏਫ੍ਰੈਂਡ ਦੇ ਝਗੜਿਆਂ ਚ ਕਿਸੇ ਦੀ ਫੋਟੋ ਕਿਸੇ ਨਾਲ ਪਾੜ ਕੇ ਉਧਰ ਕੱਟ ਕੇ ਕੱਟ ਪੇਸਟ ਬਹੁਤ ਕੁਝ ਹੋਣ ਰਿਹਾ ਫਿਰ ਇਹਦਾ ਕੀ ਕੀਤਾ ਜਾ ਸਕਦਾ ਜੀ ਨਰਿੰਦਰ ਮੋਦੀ ਕਦੋਂ ਕਿਹੜੇ ਕਿਸਾਨ ਨੂੰ ਮਿਲਿਆ ਆ ਪਿਛਲੇ 20-25 ਸਾਲਾਂ ਦੇ ਵਿੱਚ ਤਾਂ ਕਿਸੇ ਕਿਸਾਨ ਨਾਲ ਇਸ ਤਰ੍ਹਾਂ ਬੈ ਔਰ ਇਹ ਜਿਹੜੀਆਂ ਕਹਾਣੀਆਂ ਪਾਉਂਦਾ ਭਾਈ ਜਾਣ ਦਿਓ ਜੀ ਇਹ ਸਾਰੇ ਪ੍ਰਧਾਨ ਮੰਤਰੀ ਕਰਦੇ ਹੁੰਦੇ ਆ ਉਹ ਇਦਾਂ ਦੇ ਇਹ ਨਖਰੇਆਦਾਲ ਕਿਸਾਨ ਸੰਘਰਸ਼ ਦਾ ਕੁਝ ਨਹੀਂ ਵਿਗੜਨਾ ਰਹਿ ਗਈ ਗੱਲ ਇਸ਼ਤਿਹਾਰਾਂ ਦੀ ਉਹ ਕਿਹੜੀ ਲਹਿਰ ਆ ਜਿਹੜੀ ਚੱਲੀ ਤੇ ਉਹਦੇ ਖਿਲਾਫ ਸਰਕਾਰਾਂ ਦੇ ਇਸ਼ਤਿਹਾਰ ਨਹੀਂ ਦਿੱਤੇ ਸਰਕਾਰਾਂ ਦਿੰਦੀਆਂ ਹੁੰਦੀਆਂ ਜੇ ਕੇਂਦਰ ਦੀ ਸਰਕਾਰ ਜਾਂ ਉਹਨਾਂ ਦੀ ਪਾਰਟੀ ਦੇ ਲੋਕ ਇਹੋ ਜਿਹੇ ਇਸ਼ਤਿਹਾਰ ਦਿੰਦੇ ਆ ਤੇ ਜਿਹੜੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦੇ ਆ ਪੰਜਾਬ ਦੀ ਸਰਕਾਰ ਹੋਵੇ ਦਿੱਲੀ ਦੀ ਹੋਵੇ ਇਹ ਵਿਸ ਅੰਘਰਸ਼ ਦੀ ਹੈ ਮੈਂ ਤੁਸੀਂ ਜਿਹੜੇ ਇਸ਼ਤਿਹਾਰ ਦੇਣੇ ਦੇ ਦਿੰਦੇ ਨੇ ਇਹਨਾਂ ਨੂੰ ਕੌਣ ਰੋਕਦਾ ਜੀ ਅਖਬਾਰਾਂ ਇਹਨਾਂ ਦੇ ਵੀ ਸ਼ਾਬਤ ਨਹੀਂ ਗਿਆ ਪੈਸੇ ਚਾਹੀਦੇ ਲਾਲਚ ਉਹਨਾਂ ਨੂੰ ਕੀ ਮਾੜਾ ਹਮਮ ਦੇ ਲੋ ਪਰ ਇਹਨਾਂ ਇਸ਼ਤਿਹਾਰਾਂ ਦੇ ਇੰਨੀ ਐਡ ਦਿੱਤੀਆਂ ਜਾਂਦੀਆਂ ਇਹਨਾਂ ਦੇ ਬਾਵਜੂਦ ਕਿਸਾਨਾਂ ਦਾ ਸੰਘਰਸ਼ ਤਾਂ ਉਸੇ ਤਰ੍ਹਾਂ ਮਜ਼ਬੂਤੀ ਨਾਲ ਚੱਲ ਰਿਹਾ ਜੀ ਦੋ ਤਿੰਨ ਥਾਵਾਂ ਤੇ ਭਾਜਪੀ ਵਾਲਿਆਂ ਨੇ ਪ੍ਰੈਸ ਕਾਨਫਰੰਸ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸਾਨਾਂ ਨੇ ਜਾ ਕੇ ਘੇਰਾ ਪਾ ਲਿਆ ਇਸ ਵੇਲੇ ਸਿਆਸੀ ਪਾਰਟੀਆਂ ਸਾਰੀਆਂ ਆਪਣੇ ਆਪ ਨੂੰ ਫਸਿਆ ਵੀ ਮਹਿਸੂਸ ਕਰਦੀਆਂ ਇਸ ਹਾਲਾਤ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੀ ਥਾਂ ਵੀ ਬਣਾਉਣਾ ਚਾਹੁੰਦੀਆਂ ਭਾਜਪਾ ਸਿਆਸੀ ਪਾਰਟੀ ਹੈ ਜੀ ਦੇਸ਼ ਤੇ ਰਾਜ ਕਰਦੀ ਹੈ ਉਹ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੀ ਹੈ ਤੇ ਜਿਹੜੇ ਸੂਬਿਆਂ 'ਚ ਰਾਜ ਨਹੀਂ ਉੱਥੇ ਰਾਜ ਕਰਨਾ ਚਾਹੁੰਦੀ ਹੈ ਤੇ ਜੇ ਉਹ ਚਾਹੁੰਦੀ ਹੈ ਸਿਆਸੀ ਪਾਰਟੀ ਹੈ ਤੇ ਉਹਦੀ ਇਸ ਇਸ਼ਾਰੇ ਨੂੰ ਤੇ ਗਲਤ ਆਖਿਆ ਨਹੀਂ ਜਾ ਸਕਦਾ ਜਿਹੜੇ ਤਰੀਕੇ ਵਰਤਦੀ ਉਹ ਤਰੀਕੇ ਗਲਤ ਆ ਜੀ ਕਿਸਾਨ ਵਿਰੋਧੀ ਨੇ ਆਮ ਲੋਕਾਂ ਦੇ ਵੀ ਵਿਰੋਧੀ ਨੇ ਔਰ ਇਹਦੇ ਵਿੱਚ ਮੈਂ ਇਹ ਵੀ ਦੱਸਾਂ ਕਿ ਬਾਕੀ ਪਾਰਟੀਆਂ ਜੋ ਕਿ ਕਾਂਗਰਸ ਦੇ ਮੰਚ 'ਤੇ ਹੈ ਹੈ ਨੀਗਾ ਕਿ ਅਸੀਂ ਅੱਗੇ ਆਉਣਾ ਉਹ ਵੀ ਤੇ ਦਾ ਵਿਰੋਧ ਕਰਦੇ ਪੈਣ ਕਨ ਅਕਾਲੀ ਜਿਹੜੇ ਨੇ ਉਹ ਵੀ ਕਹਿੰਦੇ ਅਸੀਂ ਤੇ ਇਹਨਾਂ ਸਾਰੇ ਹਰਿਆਵਾਂ ਦਾ ਵਿਰੋਧ ਕਰਦੇ ਆ ਤੇ ਅਸੀਂ ਕਿਸਾਨਾਂ ਦੇ ਨਾਲ ਜੀ ਕਨ ਜਦੋਂ ਕਰਨ ਦਾ ਵੇਲਾ ਨਹੀਂ ਸੀ ਹੁਣ ਕਰਦੇ ਪਏ ਹੁਣ ਹੀ ਕਰ ਦਿਓ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਉਸ ਕੇਂਦਰ ਸਰਕਾਰ ਦੇ ਸਾਰੇ ਤਰੀਕਾ ਦਾ ਵਿਰੋਧ ਕਰਦੇ ਆ ਅਸੀਂ ਕਿਸਾਨਾਂ ਨਾਲ ਹੋ ਫਿਰ ਤਾਂ ਲੋਕ ਇਨਸਾਫ ਪਾਰਟੀ ਵਾਲਾ ਸਿਮਰਜੀਤ ਸਿੰਘ ਬਿਆਸ ਅ ਤਿੰਨ ਮਹੀਨੇ ਪਹਿਲਾਂ ਦੀ ਗੱਲ ਆ ਜੀ ਬਾਕੀਆਂ ਤੋਂ ਪਹਿਲਾਂ ਉਹ ਮੋਰਚਾ ਲਾਈ ਬਿਠਾ ਸੀ ਪਾਣੀਆਂ ਦਾ ਵੀ ਮੋਰਚਾ ਪੰਜਾਬ ਦੇ ਹੱਕਾਂ ਦਾ ਮੋਰਚਾ ਇਹ ਤਾਂ ਸਭ ਤੋਂ ਵੱਧ ਕ੍ਰੈਡਿਟ ਸਿਮਰਜੀਤ ਸਿੰਘ ਮਾਰਨ ਨੂੰ ਦਿਓ ਉਹ ਬਹਿਸ ਨੂੰ ਦਿਓ ਜੀ ਇਹ ਜਿਨੇ ਵੀ ਕੁਝ ਕੀਤਾ ਉਹ ਜੋ ਕੀਤਾ ਉਹਨੂੰ ਆਪੋ ਆਪਣੀ ਥਾਂ ਰੱਖ ਦਿਓ ਅਭਿਆਸ ਨੇ ਤੇ ਪਿਛਲੇ 10 ਦਿਨਾਂ ਚ ਇਹੋ ਜਿਹਾ ਕੋ ਕ੍ਰੈਡਿਟ ਮੰਗਿਆ ਨਹੀਂ ਜੀ ਤੁਸੀਂ ਕ੍ਰੈਡਿਟ ਨਾ ਮੰਗੋ ਤੁਸੀਂ ਕਹੋ ਜੀ ਕਿਸਾਨਾਂ ਦੀਆਂ ਜਾਇਜ਼ ਮੰਗਾ ਅਸੀਂ ਉਹਨਾਂ ਦੇ ਸਪੋਰਟ ਕਰਦੇ ਹਾਂ ਜਦੋਂ ਤੁਸੀਂ ਕ੍ਰੈਡਿਟ ਮੰਗੋਗੇ ਤੁਹਾਡੇ ਕ੍ਰੈਡਿਟ ਵਾਰ ਸੇਰਾ ਲੈਣ ਦੀ ਲੜਾਈ ਜਿਹੜੀ ਹੈ ਉਹ ਕਿਸਾਨਾਂ ਦੇ ਸੰਘਰਸ਼ ਦਾ ਨੁਕਸਾਨ ਕਰੂਗੀ ਇਹ ਤੋਂ ਇਥੇ ਬੰਨਸੋ ਇੱਕ ਹੋਰ ਚੀਜ਼ ਜਿਹੜੀ ਇਸ ਵਕਤ ਮਹਿਸੂਸ ਕੀਤੀ ਜਾ ਰਹੀ ਜਾਂ ਸੋਸ਼ਲ ਮੀਡੀਆ ਤੇ ਵੀ ਹੌਲੀ ਹੌਲੀ ਇਹ ਚੀਜ਼ ਨਜ਼ਰ ਆਉਣ ਲੱਗ ਪਈ ਹੈ ਜਿਹੜਾ ਆਮ ਹੁੰਦਾ ਨਾ ਜਿਹੜੇ ਜਿਨ੍ਹਾਂ ਨੇ ਖੇਤੀ ਕਦੀ ਕੀਤੀ ਹੈ ਨਾ ਉਹਨੇ ਕਰਨੀ ਆ ਉਹਦੇ ਲਈ ਜਿਹੜੀ ਨੌਕਰ ਤੇ ਦੁਕਾਨ ਆ ਉਹੋ ਹੀ ਸਾਰਾ ਕੁਝ ਆ ਉਥੋਂ ਹੀ ਉਹਨੂੰ ਦਾਲ ਸਬਜ਼ੀ ਮਿਲਣੀ ਆ ਉਥੋਂ ਹੀ ਆਟਾ ਮਿਲਣਾ ਉਥੋਂ ਹੀ ਉਹਨੇ ਦੁੱਧ ਦਾ ਪੈਕਟ ਲੈ ਆਉਣਾ ਉਹਨੂੰ ਸਮਝ ਨਹੀਂ ਆਉਂਦਾ ਵੀ ਇਹ ਜਿਹੜੇ ਕਿਸਾਨ ਆ ਕੀ ਪ੍ਰੋਬਲਮ ਉਹਨੂੰ ਲੱਗਦਾ ਵੀ ਕਿਸਾਨਾਂ ਦੀ ਕੋਈ ਵੱਖਰੀ ਲੜਾਈ ਹੈ ਇਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਜਦੋਂ ਇਹ ਇਹ ਕੁਝ ਚੀਜ਼ਾਂ ਹੁਣ ਜਿ ਸਮਝਾਉਣ ਦੀ ਕੋਸ਼ਿਸ਼ ਕੀਤੀ ਯਾਰ ਇਹ ਵੀ ਜਿਹੜਾ ਤੁਸੀਂ ਆਟਾ ਲੈਨੇ ਹੋ 40 ਰੁਪਏ ਕਿਲੋ ਉਹ ਅਸਲ ਦੇ ਵਿੱਚ 20 22 ਰੁਪਏ 25 ਰੁਪਏ ਪੈਣਾ ਚਾਹੀਦਾ ਤੇ ਉਹ ਵਿਜਲੇ ਪੈਸੇ ਕੌਣ ਖਾਂਦਾ ਕੋਈ ਨਹੀਂ ਦੱਸਦਾ ਅਸੀਂ ਆਪਾਂ ਗੋਭੀ ਦੀ ਗੱਲ ਹੀ ਲੈ ਲਈਏ ਤੇ ਅੱਜ ਜਾ ਕੇ ਕੋਈ ਪੁੱਛਣ ਜਾਵੇ ਵੀ ਕੀ ਭਾਅ ਲੱਗਦੀ ਹੈ ਤੇ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ 15 20 ਰੁਪਏ ਤੋਂ ਘੱਟ ਵੇਚਦਾ ਹੋਊਗਾ ਤੇ ਮੰਡੀ ਚੱਲ ਜੂ ਤੇ ਸਵੇਰੇ ਸਵੇਰੀ ਅਗਲੇ 15 ਕਿਲੋ ਦਾ ਲਫਾਫਾ 20 ਦਾ ਚੁਕਾ ਦਿੰਦੇ ਵੀ ਆ ਲੋ ਲੈ ਜਾਓ ਜੀ ਉਹਨਾਂ ਰੁਪਏ ਕਿਲੋ ਜਾਂ 1.5 ਰੁਪਏ ਕਿਲੋ ਵਾਲੀ ਗ ਫਿਰ ਅੱਜ ਮੈਂ ਜੇ ਐਮਐਸਪੀ ਦੇਖਦਾ ਸੀ ਹੁੰਦੇ ਆ ਪੰਜਨਿਆਂ ਦੀ ਗੱਲ ਕਰ ਲਈਏ ਤੇ ਉਹ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਬ੍ਰਾਂਡ ਲਾਰ ਵਾਲਾ ਰੱਖਿਆ ਹੋਇਆ ਉਹਨਾਂ ਰੇਟ ਲਿਖਿਆ 120 ਦਿਆਂਗੇ 98 ਦੀ ਫਿਰ ਵੀ 100 ਰੁਪਏ ਦੀ ਤੇ ਐਮਐਸਪੀ ਜਿਹੜੀ ਉਹ ਪੈਂਦੀ ਹੈ 50 ਰੁਪਏ ਉਹ ਵਿਜਲੇ 50 ਤੇ 70 ਕੌਣ ਖਾਂਦਾ ਉਹਦੇ ਤੇ ਚਰਚਾ ਚੱਲ ਪਈ ਇਹਨੂੰ ਕਿਵੇਂ ਦੇਖਦੇ ਹਾਂ ਫਿਰ ਚਲੋ ਹਰਿਆਣੇ ਨਾਲ ਸਾਂਝ ਦੇ ਵਿੱਚ ਤੁਸੀਂ ਛੋਲਿਆਂ ਨੂੰ ਚਨੇ ਤੇ ਕਹਿਣ ਲੱਗ ਪਏ ਹੋ ਨਹੀਂ ਮੈਂ ਤਾਂ ਆ ਵੀ ਉਹ ਸ਼ਹਿਰਾਂ ਵਾਲੇ ਨੂੰ ਸਮਝ ਨਹੀਂ ਆਉਂਦੀ ਕਿ ਬੰਦੇ ਕੌਣ ਸੇ ਛੋਲਿਆਂ ਦੀ ਗੱਲ ਕਰਦਾ ਇਹ ਅੱਛਾ ਕੋਈ ਨਹੀਂ ਇਹ ਇੱਕ ਗੱਲ ਪੱਕੀ ਹੈ ਹੂੰ ਬਿ ਜਿਹੜੀ ਕਿਸਾਨ ਦੀ ਇਸ ਵੇਲੇ ਦੀ ਲੜਾਈ ਹੈ ਜੀ ਉਹਨੂੰ ਬਦਨਾਮ ਕੀਤਾ ਜਾ ਰਿਹਾ ਇਹ ਕਹਿ ਕੇ ਕਿ ਜੇ ਕਿਸਾਨ ਨੂੰ ਵੱਧ ਦਿੱਤਾ ਤੇ ਜਿਨ੍ਹਾਂ ਨੇ ਲੈ ਕੇ ਖਾਣਾ ਉਹ ਤਾਂ ਭੁੱਖੇ ਮਰ ਜਾਣਗੇ ਜੀ ਉਹ ਤਾਂ ਉਹਨਾਂ ਤੋਂ ਖਰੀਦਿਆ ਨਹੀਂ ਜਾਣਾ ਮਹਿੰਗਾਈ ਬੜੀ ਵੱਧ ਜਾਣੀ ਜੀ ਜੀ ਮਹਿੰਗਾਈ ਕਿਸਾਨ ਬਿਲਕੁਲ ਨਹੀਂ ਵਧਾਉਂਦਾ ਜਿਹੜੇ ਵਿਚਾਲੇ ਆਉਂਦੇ ਨੇ ਉਹ ਅੰਬਾਨੀ ਤੇ ਅਡਾਨੀ ਹੋਣ ਜਾਂ ਹੋਰ ਥੋਕ ਤੇ ਵਪਾਰੀ ਹੋਣ ਉਹ ਮਹਿੰਗਾਈ ਵਧਾਉਂਦੇ ਆ ਹੁਣ ਜਿਹੜੀ ਗਣਕ ਹੈ ਕਣਕ ਦਾ ਭਾਜ ਜੇ 2000 ਰੁਪਇਆ ਕਵੈਂਟਲ ਹੋਵੇ ਤੇ ਸਾਰੇ ਖਰਚੇ ਪਾ ਕੇ 7-8 ਰੁਪਏ 7 22 ਨੂੰ ਹੋ ਜਾਵੇ 3-4 ਰੁਪਏ 5 ਰੁਪਏ ਕੋ ਟੈਕਸ ਵੀ ਪਾ ਦਿਓ ਉਹ ਵੀ ਪਰ ਲਓ ਤੀਕ ਤੱਕ ਹੋਣਾ ਚਾਹੀਦਾ ਅੱਟਾ 40 ਰੁਪਇਆ ਕਿਉਂ ਵਿਕੀ ਜਾਂਦਾ ਸਰਕਾਰ ਕੀ ਕਰਦੀ ਹੈ ਜੀ ਜੇ ਝੋਨਾ 1900 ਰੁਪਇਆ ਕਵੈਂਟਲ ਖਰੀਦਿਆ ਇਹਨੂੰ ਜਦੋਂ ਚਾੜਿਆ ਜਾਂਦਾ ਇਹਦੇ ਚੋਂ ਤੀਜਾ ਹਿੱਸਾ ਤਾਂ ਫੋਕ ਨਿਕਲ ਗਿਆ ਧੱਕ ਨਿਕਲ ਗਿਆ ਇਹਦਾ ਮਤਲਬ ਕਿ ਫਿਰ ਜਿਹੜੇ ਚੌਲ ਨੇ ਉਹ ਤੀਜਾ ਹਿੱਸਾ ਹੋਰ ਵਧਾ ਲਓ ਡੋੜੇ ਕਰ ਲੋ 1900 ਦੇ ਵਿਜਾਇ ਤੇ 2700 ਨੂੰ ਬਣਾ ਲੋ ਵੀ ਤੁਸੀਂ 2700 ਨੂੰ ਕੁਆਂਟਲ ਬਣ ਕੇ ਚੌੜ ਜੀ ਤਨੀਆ ਤੋਂ ਕਰ ਲੋ ਟੈਕਸ ਪਾ ਕੇ 3500 ਨੂੰ ਕਰ ਲੋ ਉਹ ਫਿਰ ਜਿਹੜੇ ਹੈਗੇ 35 ਰੁਪਏ ਕਿਲੋ ਤਾਂ ਲੋਕਾਂ ਨੂੰ ਮਿਜਣਾ ਜੇ 3500 ਦਾ ਕੁਆਂਟਲ ਹੈ ਤੇ 35 ਰੁਪਏ ਕਿਲੋ ਚੌੜ ਪੈਂਦੇ ਹੋਣੇ ਚਾਹੀਦੇ ਜੀ ਤੁਸੀਂ 5 ਰੁਪਏ ਮੁਨਾਫਾ ਵੀ ਰੱਖ ਲੋ 40 ਕਰ ਲੋ ਜੀ ਪਰ ਮਾੜੇ ਤੋਂ ਮਾੜੇ ਚੌੜ ਜਿਹੜੇ ਆ ਉਹਨਾਂ ਦਾ ਮੁੱਲ 70 ਰੁਪਏ ਤੋਂ ਸ਼ੁਰੂ ਹੁੰਦਾ ਜੀ ਇਹਦਾ ਮਤਲਬ ਜਿੰਨੀ ਲਾਗਤ ਆ ਦੁੱਗਣੇ ਤੇ ਵੇਚ ਰਹੇ ਨੇ ਬਿਲਕੁਲ ਸਹੀ ਜਿਹੜੀ ਬਾਸਮਤੀ 2500 ਨੂੰ ਵਿਕਦੀ ਪਈ ਹੈ ਜੇ ਉਹ ਨੂੰ ਛੜਨ ਦੇ ਉੱਤੇ ਸ਼ੈਲਰ ਦੇ ਵਿੱਚ ਤੀਜਾ ਹਸਾ ਹਿੱਸਾ ਚੋਂ ਫੋਕਟਰ ਨਿਕਲ ਵੀ ਜਾਵੇ ਪੱਕ ਨਿਕਲ ਜਾਵੇ ਜੀ ਤੇ ਫਿਰ ਇਹਦਾ ਮਤਲਬ ਇਹ ਆ ਕਿ ਉਹ 3700 ਰੁਪਏ ਕਵਾਂਟਲ ਬਣ ਗਏ ਚੌਲ ਜਿਹੜੇ ਉਹਦੇ ਬਾਸਮਤੀ ਦੇ ਹੂੰ ਹੂੰ ਉਹਦੇ ਉੱਤੇ ਟੈਕਸ ਪਾ ਲੋ ਦੂਸਰਾ ਤੀਸਾ ਖਰਚਾ ਪਾ ਲੋ 10 ਰੁਪਏ ਕਿਲੋ ਦਾ ਖਰਚਾ ਉਹ ਪਾ ਕੇ ਯਾਨੀ 3700 ਦੇ ਬਜਾਏ 4700 ਰੁਪਏ ਕਵਾਂਟਲ ਬਣ ਗਏ ਜੋ 4700 ਰੁਪਏ ਕਿਵੰਟਲ ਇਹਦਾ ਮਤਲਬ 47 ਰੁਪਏ ਕਿਲੋ ਆ ਜੀ ਉਹਦੇ ਉੱਤੇ 10 ਰੁਪਏ ਮੁਨਾਫਾ ਵੀ ਪਾ ਲਓ 57 ਰੁਪਏ ਕਿਲੋ ਕਰ ਲਓ ਉਹ ਬਾਸਮਦੀ ਤੇ ਚੌਰ 150 ਰੁਪਏ ਕਿਲੋ ਕਿਉਂ ਵਿਕ ਰਹੇ ਜੀ ਇਹ ਕੌਣ ਖਾ ਰਿਹਾ ਵਿੱਚੋਂ ਬਿਲਕੁਲ ਸਹੀ ਉਹ ਖਾ ਰਹੇ ਨੇ ਜਿਹੜੇ ਇਲੈਕਸਨਾਬਾਦ ਤੇ ਬੰਦੇ ਫੜਨਦੇ ਨੇ ਸਿਆਸੀ ਪਾਰਟੀਆਂ ਨੂੰ ਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਕਰੀ ਮੁਹਤਮਲ ਪਚਾਉਂਦੇ ਨੇ ਹਮਮ ਇੱਥੇ ਪਾਰਲੀਮੈਂਟ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਬੈਠੇ ਨੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਮਾਰਕੀਟ ਚ ਕੀ ਆ ਜੀ ਉਹਨਾਂ ਨੂੰ ਇੰਨਾ ਪਤਾ ਕਿ ਸਾਡੇ ਘਰ ਤਾਂ ਮੁਫਤ ਵਿੱਚ ਮਾਲ ਆ ਜਾਂਦਾ ਕੋਈ ਨਾ ਕੋਈ ਦੇ ਹੀ ਜਾਂਦਾ ਹਮਮ ਇੱਕ ਵਾਰੀ ਜਦੋਂ ਅੰਨਾ ਹਜਾਰੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾਈ ਉਦੋਂ ਮਹਿੰਗਾਈ ਦਾ ਮੁੱਦਾ ਵੀ ਉੱਠਿਆ ਸੀ ਪਾਰਲੀਮੈਂਟ 'ਚ ਬਹਿਸ ਹੋਈ ਜੀ ਇੱਕ ਟੀਵੀ ਚੈਨਲ ਨੇ ਉਸ ਬਹਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਐਮਪੀਜ਼ ਦੇ ਨਾਲ ਪਾਰਲੀਮੈਂਟ ਮੈਂਬਰਾਂ ਨਾਲ ਇੰਟਰਵਿਊ ਕੀਤੇ ਤੁਸੀਂ ਦੱਸੋ ਜੀ ਮਹਿੰਗਾਈ ਕਿੰਨੀ ਕੁ ਹੋ ਗਈ ਆ ਬਹੁਤ ਹੋ ਗਈ ਆ ਭਾਗ ਨਾ ਮਾ ਕਣਕ ਦਾ ਆਟੇ ਦਾ ਇਹ ਤਾਂ ਜਾਨੂੰ ਪਤਾ ਨਹੀਂ ਦੋ ਜਣੇ ਪੁੱਛਿਆ ਇਹ 150 ਰੁਪਿਆ ਕਿਲੋ ਤੇ ਆਉਣਾ ਇੱਕ ਪਾਰਲੀਮੈਂਟ ਦੇ ਡਿਪਟੀ ਚੇਅਰ ਪਰਸਨ ਬੀਬੀ ਹੁੰਦੀ ਸੀ ਉਹਨੇ 100 ਰੁਪਿਆ ਕਿਲੋ ਦੇ ਲਾਗੇ ਕਹਿਤਾ ਜਦ ਕਿ ਉਸ ਵਕਤ ਜਿਹੜਾ ਆਟੇ ਦਾ ਪਾਸ ਸੀ ਉਹ 20 ਤੋਂ 25 ਦੇ ਦਰਮਿਆਨ ਚੱਲਦਾ ਸੀ ਜੀ ਉਹਨੂੰ ਪਤਾ ਹੀ ਨਹੀਂ ਸੀ ਵੀ ਕਿੰਨਾ ਕਿਉਂਕਿ ਆਪ ਕਦੇ ਖਰੀਦਣ ਨਹੀਂ ਗਈ ਜਦ ਦਾ ਘਰ ਦੀ ਸੋਈ ਚ ਕੋਈ ਕੰਦਦਾ ਸੀ ਜਾਂ ਉਹ ਨੌਕਰ ਨੂੰ ਭੇਜਦੀ ਹੋਗੀ ਨੌਕਰ ਉਹ ਤੋਂ 25 ਰੁਪਿਆ ਕਿਲੋ ਲੈ ਆ ਕੇ ਵੀ 100 ਰੁਪਿਆ ਕਿਲੋ ਦੱਸੀ ਜਾਵੇ ਤੇ ਉਹਨੂੰ ਕਿਹੜਾ ਪਤਾ ਕਿੰਨੇ ਲੱਗੇ ਜੀ ਉਹਨਾਂ ਲੋਕਾਂ ਨੇ ਕਦੇ ਖਰੀਦਿਆ ਹੀ ਨਹੀਂ ਸਾਡੀ ਪਾਰਲੀਮੈਂਟ ਵਿੱਚ ਸਾਡੀਆਂ ਅਸੈਂਬਲੀਆਂ 'ਚ ਬਹੁਤੇ ਲੋਕ ਉਹ ਬੈਠੇ ਆ ਜਿਹੜੇ ਇੱਕ ਟਾਈਮ ਦਾ ਖਾਣਾ ਤਾਂ ਜਰੂਰ ਪਾਰਲੀਮੈਂਟ ਦੇ ਆਪਣੇ ਜਿਹੜੇ ਕੰਟੀਨਰ ਵਿੱਚੋਂ ਖਾਂਦੇ ਆ ਜਾਂ ਅਸੈਂਬਲੀ ਦੀ ਕੰਟੀਨਰ ਵਿੱਚੋਂ ਖਾਂਦੇ ਉੱਥੇ ਬਹੁਤ ਸਸਤਾ ਹੁੰਦਾ ਜੀ ਜਿਹੜੇ ਜਿਕਨ ਦੇ ਪਲੇਟ ਬਾਜ਼ਾਰ ਦੇ ਵਿੱਚ 200 ਦੀ ਮਿਲਦੀ ਹੋਵੇ ਉਹ ਜਦੋਂ ਉੱਥੇ ਉਹਨਾਂ ਨੂੰ 40 ਰੁਪਏ ਦੀ ਮਿਲ ਜਾਣੀ ਜਾਂ 50 ਦੀ ਮਿਲ ਜਾਣੀ ਹੈ ਉਹਨਾਂ ਨੂੰ ਕੀ ਪਤਾ ਲੱਗਦਾ ਜਿਹੜਾ ਖਾਣਾ ਬਾਜ਼ਾਰ ਵਿੱਚੋਂ ਖਾਣ ਤੇ ਉਹਨਾਂ ਦਾ 200 ਰੁਪਏ ਦਾ ਬਣ ਜਾਣਾ ਜਾਂ 150 ਰੁਪਏ ਦਾ ਬਣ ਜਾਣਾ ਉਹ ਤੇ 30-40 ਰੁਪਏ ਚ ਖਾ ਕੇ ਨਿਕੜਾਉਂਦੇ ਹੋਣ। ਉਹਨਾਂ ਨੂੰ ਫਰਕ ਕੀ ਪੈਂਦਾ ਬਾਜ਼ਾਰ ਦੀ ਮਹਿੰਗਾਈ ਨਾਲ? ਉਹ ਤਾਂ ਗੱਲੇ ਕਰਦੇ ਨੇ ਨਾ। ਉਹ ਜਿਹੜੇ ਸਿਰਫ ਗੱਲਾਂ ਕਰਨ ਵਾਲੇ ਆ। ਉਹਨਾਂ ਦੀਆਂ ਗੱਲਾਂ ਨੂੰ ਅਸੀਂ ਛੱਡ ਦਈਏ। ਆਮ ਲੋਕਾਂ ਨੂੰ ਐਸ ਤਰ੍ਹਾਂ ਸੋਚਣਾ ਚਾਹੀਦਾ ਕਿ ਤੁਹਾਨੂੰ ਇਹ ਗਲਤ ਕਿਹਾ ਜਾ ਰਿਹਾ ਕਿ ਜੇ ਕਿਸਾਨ ਨੂੰ ਫਸਲ ਦਾ ਵੱਧ ਭਾਅ ਦਿੱਤਾ, ਜੇ ਘੱਟੋ-ਘੱਟ ਖਰੀਦ ਕੀਮਤ ਮਿੱਥ ਦਿੱਤੀ ਤੇ ਇਹਦੇ ਨਾਲ ਇਹ ਜਿਹੜੇ ਖਪਤਕਾਰ ਵਾਸਤੇ ਜਿਹਨਾਂ ਲੈ ਕੇ ਖਾਣਾ ਉਹਨਾਂ ਵਾਸਤੇ ਫਸਲ ਮਹਿੰਗੀ ਹੋ ਰਹੀ। ਜੀ। ਉਹਨਾਂ ਲਈ ਤਾਂ ਹੋਣੀ ਮਹਿੰਗੀ ਆ ਸਾਡੇ ਕੋਲ ਤਾਂ ਹੁਣ 1900 ਰੁਪਏ ਝੋਨਾ ਵਿਕਿਆ ਜਿਹੜੇ ਯੂਪੀ ਦੇ ਵਿੱਚ 900 ਰੁਪਏ ਝੋਨਾ ਵਿਕਦਾ ਜੀ ਉਹਦੇ ਤੇ ਫੱਕ ਕੱਢ ਕੇ ਤੇ ਬਾਕੀ ਦਾ 1500 ਰੁਪਏ ਕਿਲੋ ਚ ਕਵਾਂਟਲ ਚੌਲ ਬਣੇ ਨਾ ਜੀ ਤੇ ਉਹ 15 ਰੁਪਏ ਕਿਲੋ ਦੇ ਬਜਾਏ ਯੂਪੀ ਦੇ ਵਿੱਚ 70 ਰੁਪਏ ਕਿਲੋ ਕਿਉਂ ਵਿਕ ਰਹੇ ਨੇ ਯੂਪੀ ਦੇ ਲੋਕਾਂ ਨੂੰ ਗਲ ਪਹਿਜਣਾ ਚਾਹੀਦਾ ਸਰਕਾਰ ਦੇ ਕਿ ਇਹ ਨੇਰ ਖਾਤਾ ਕਿੱਦਾਂ ਚੱਲਦਾ ਪਿਆ ਜੀ ਕਿ ਕਿਸਾਨ ਦੇ ਤੁਸੀਂ ਪੱਲੇ ਕੁਝ ਨਹੀਂ ਪਾਉਂਦੇ ਤੇ ਉਹਦੇ ਤੋਂ ਲੈ ਕੇ ਵਿਜਲੇ ਵਪਾਰੀ ਜਿਹੜਾ 15 ਰੁਪਏ ਕਿਲੋ ਵਾਲਾ ਚੌਲ ਆ ਸਾਨੂੰ 70 ਰੁਪਏ ਕਿਲੋ ਵੇਚਦੇ ਪਏ ਆ ਹੂੰ ਹੂੰ ਚਾਰ ਗੁਣੇ ਤੋਂ ਵੀ ਵੱਧ ਲੈ ਜਾਂਦੇ ਪਏ ਆ ਇਹਦਾ ਮੁੱਲ ਇਹ ਕਿੱਥੇ ਜਾ ਕੇ ਵੇਖਿਆ ਜਾਵੇਗਾ ਹਰ ਚੀਜ਼ ਦੇ ਵਿੱਚ ਇਹੋ ਕੁਝ ਹੋ ਰਿਹਾ ਇਹ ਖੁੱਲੀ ਨੰਗੀ ਮੰਗੀ ਰਫੀ ਹੋ ਰਹੀ ਹੈ ਜਿਹਨੂੰ ਸਰਕਾਰਾਂ ਰੋਕਣ ਨੂੰ ਤਿਆਰ ਨਹੀਂ ਇੱਕੋ ਗੁੱਡਾ ਬੰਨਿਆ ਪਿਆ ਕਿ ਜੇ ਕਿਸਾਨ ਨੂੰ ਦੇ ਦਿੱਤਾ ਸਭ ਕੁਝ ਕਿਸਾਨ ਨੂੰ ਦੇ ਦਿੱਤਾ ਕਿਸਾਨ ਰੱਜ ਗਿਆ ਕਿਸਾਨ ਉਹ ਹੋ ਗਿਆ ਕਿਸਾਨ ਦੇ ਢਿੱਡ ਦੇ ਉੱਤੇ ਤੁਸੀਂ ਪੱਟੀ ਬੰਨ੍ਹ ਦਿਓ ਵੀ ਰੋਟੀ ਨਾ ਖਾਵੇ ਜੀ ਕਿਸਾਨ ਨੂੰ ਬਹੁਤਾ ਕੁਝ ਨਹੀਂ ਪੈ ਰਿਹਾ ਕਿਸਾਨ ਦੇ ਖੇਤੀ ਦੇ ਖਰਚੇ ਵੇਖੋ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਕਮਿਸ਼ਨ ਜੋ ਕਹਿੰਦਾ ਵੀ ਦੀਆਂ ਲਾਗਤਾਂ ਕਿੰਨੀਆਂ ਨੇ ਉਹ ਵੇਖੋ ਫਿਰ ਉਹਦੇ ਹਿਸਾਬ ਨਾਲ ਗਣਤੀ ਕਰਕੇ ਦੱਸੋ ਕਿਸਾਨ ਦੇ ਪੱਲੇ ਕਿਵੇਂ ਦਾ ਜੀ ਪਰ ਜੇ ਇਹ ਗਣਤੀਆਂ ਕਰਨੀਆਂ ਤੇ ਫਿਰ ਕਿਹਦੇ ਦਿਨ ਸਾਨੂੰ ਵੀ ਗਣਤੀ ਕਰ ਲੈਣ ਦਿਓ ਕਿ ਵੱਡੇ ਲੋਕ ਜਿਹੜੇ ਇਹਨਾਂ ਦੀ ਫੈਕਟਰੀ ਚ ਲੋਹਾ ਕਿਹੜੇ ਭਾਅ ਆਇਆ ਸੀ ਜੀ ਉਸ ਲੋਹੇ ਦੇ ਉੱਤੇ ਬਿਜਲੀ ਕਿੰਨੀ ਕੁ ਬਲੀ ਹੈ ਤੇ ਉਹਦੇ ਉੱਤੇ ਮਜ਼ਦੂਰ ਦੀ ਮਿਹਨਤ ਦੇ ਪੈਸੇ ਇਹਨਾਂ ਨੇ ਕਿੰਨਿਆਂ ਕਿ ਦਿੱਤੇ ਆ ਜੇ ਉੱਥੇ 2000 ਦਾ ਲੋਹਾ ਆਇਆ ਹੋਵੇ 500 ਰੁਪਿਆ ਮਜ਼ਦੂਰ ਦੀ ਮਿਹਨਤ ਹੋਵੇ 100 ਜਾਂ 150 ਰੁਪਏ ਦੀ ਬੇਰੀ ਲੱਗੀ ਹੋਵੇ ਤੇ ਉਸੇ ਲੋਹੇ ਦੇ ਬਣੇ ਪੁਰਜੇ ਦੀ ਕੀਮਤ 10000 ਰੁਪਏ ਕਿੱਦਾਂ ਹੋ ਜਾਂਦੀ ਹੈ ਜੀ ਇਹ ਨਹਿਰ ਖਾਤਾ ਤੇ ਉੱਥੇ ਵੀ ਚੱਲਦਾ ਪਿਆ ਕਿਹੜੀ ਚੀਜ਼ ਨਹੀਂ ਚੱਲਦਾ ਪਿਆ ਇਹ ਸਾਰੇ ਪਾਸੇ ਨਹਿਰ ਖਾਤਾ ਚੱਲ ਰਿਹਾ ਤੇ ਕੱਲੇ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਜੇ ਕਿਸਾਨ ਨੂੰ ਫਸਲ ਦਾ ਵੱਧ ਪਾ ਦਿੱਤਾ ਲੋਕੀ ਕਿ ਲੈ ਕੇ ਕਿੱਥੋਂ ਖਾਣਗੇ ਅਨਿਆਦਾ ਚਲੋ ਠੀਕ ਹੈ ਗੱਲ ਵੈਸੇ ਜਿਹੜੀ ਗੱਲ ਐ ਸੋਨੂ ਸਾਹਿਬ ਨੇ ਦੱਸੀ ਸਮਝਾਈ ਹੈ ਜੀ ਜ਼ਰੂਰ ਬੇਨਤੀ ਕਰਦੇ ਆਂ ਵੀ ਚੈੱਕ ਜ਼ਰੂਰ ਕਰਿਓ ਤੁਸੀਂ ਗੂਗਲ ਤੇ ਜਾ ਕੇ ਇੱਕ ਪੜਨਾ ਐਮ ਐਸ ਪੀ ਅਨਿਕ ਮਿਨੀਮਮ ਸਪੋਰਟ ਪ੍ਰਾਈਸ ਉਹ ਸਰਕਾਰ ਦਾ ਰੇਟ ਆ ਜਾਏਗਾ ਤੇ ਫਿਰ ਤੁਸੀਂ ਇਹ ਭਰ ਲਿਓਗੇ ਤੁਹਾਨੂੰ ਇਸ ਵਕਤ ਐਮ ਆਰ ਪੀ ਕੀ ਆ ਐਮ ਆਰ ਪੀ ਕੀ ਉਹ ਸੋ ਐਮ ਐਸ ਪੀ ਤੇ ਐਮ ਆਰ ਪੀ ਦਾ ਖੇਲ ਕੀ ਤੁਹਾਨੂੰ ਆਪਣੇ ਆਪ ਐਮ ਐਸ ਪੀ ਕਿਸਾਨ ਦੀ ਮਿਨੀਮਮ ਸਪੋਰਟ ਪ੍ਰਾਈਸ ਆ ਕਿ ਇਹਦੋਂ ਘੱਟ ਕਿਸਾਨ ਦੀ ਫਸਲ ਨਾ ਵਿਕੇ ਜੀ ਉਹ ਮਿਲਦੀ ਨਹੀਂ ਉਹ ਘੱਟੋ ਘੱਟ ਆ ਉਹ ਮਿਲਦੀ ਵੀ ਨਹੀਂ ਉਹ ਘੱਟੋ ਘੱਟ ਮਿਲਦੀ ਵੀ ਨਹੀਂ ਉਹ ਘੱਟੋ ਘੱਟ ਆ ਐਮ ਆਰ ਪੀ ਜਿਹੜੀ ਉਹ ਮੈਕਸਿਮਮ ਰਿਟੇਲ ਪ੍ਰਾਈਸ ਆ ਕਿ ਇੰਨੇ ਤੋਂ ਵੱਧ ਇਹ ਫਸਲ ਜਿਹੜੀ ਚੀਜ਼ ਆ ਇਹ ਵਸਤੂ ਜਿਹੜੀ ਵੇਖ ਨਹੀਂ ਸਕਦੀ ਜੀ ਉਹ ਖਪਤਕਾਰ ਵਾਸਤੇ ਆ ਤੁਸੀਂ ਕਿਸਾਨ ਵਾਲੀ ਚੀਜ਼ ਦਾ ਰੇਟ ਵੇਖ ਲਓ ਐਮ ਐਸ ਪੀ ਉਹ ਕਿੰਨਾ ਕਿ ਹੈ ਤੇ ਫਿਰ ਇਹ ਵੇਖਿਓ ਕਿ ਖਪਤਕਾਰ ਨੂੰ ਕਿਹੜੇ ਭਾਅ ਮਿਲਦੀ ਆ ਜੀ ਤੇ ਵਿਚਾਰੋ ਕੀ ਤੁਸੀਂ ਇੱਕ ਦਿਨ ਜਲੰਧਰ ਦੀ ਮੰਡੀ ਵਿੱਚ ਹੀ ਚਲ ਜਾਓ ਸਵੇਰੇ ਜਾ ਕੇ ਵੇਖ ਲਓ ਉੱਥੇ ਤੜਕੇ ਵੀ ਉੱਥੇ ਆਲੂਆਂ ਦਾ ਗੋਭੀ ਦਾ ਬਾਕੀ ਫਸਲਾਂ ਦਾ ਸਾਰੀ ਚੀਜ਼ਾਂ ਸਬਜ਼ੀਆਂ ਦਾ ਕੀ ਭਾਅ ਤੇ ਇੱਕ ਘੰਟੇ ਬਾਅਦ ਆ ਕੇ ਬਾਜ਼ਾਰ ਦੇ ਵਿੱਚ ਜਿਹੜੀਆਂ ਛੋਟੀਆਂ ਮੰਡੀਆਂ ਲੱਗੀਆਂ ਨੇ ਉਹਨਾਂ ਦੇ ਵਿੱਚ ਆ ਕੇ ਵੇਖ ਲਓ ਕਿ ਉੱਥੇ ਕੀ ਆ ਤੇ ਨਾਲ ਫਿਰ ਉਹਨਾਂ ਤੋਂ ਪੁੱਛ ਲਿਓ ਕਿ ਉਹਨਾਂ ਚੋਂ ਜਿਹੜੇ ਉਹ ਸਬਜ਼ੀ ਮੰਡੀ 'ਚ ਬੈਠੇ ਦੁਕਾਨਦਾਰ ਆ ਉਹ ਕਿੰਨੇ ਪੈਸੇ ਘਰ ਲੈ ਕੇ ਜਾਂਦੇ ਆ ਤੇ ਹਫ਼ਤਾ ਵਸੂਲੀ ਵਾਲਾ ਇੱਕ ਗੁੰਡਿਆਂ ਦਾ ਟੋਲਾ ਹੁੰਦਾ ਉਹ ਕਿੰਨੇ ਲੈ ਕੇ ਜਾਂਦਾ ਅਸੀਂ ਨਿੱਜੀ ਤੌਰ ਤੇ ਸਾਰੇ ਜਾਣਦੇ ਆ ਅਕਾਲੀ ਭਾਜਪਾ ਦਾ ਰਾਜ ਸੀ ਤੇ ਹਫ਼ਤਾ ਵਸੂਲੀ ਗੁੰਡਿਆਂ ਦੇ ਗਰੁੱਪ ਉਹ ਕਰਦੇ ਸਨ ਜਿਹੜੇ ਅਕਾਲੀ ਮੰਤਰੀਆਂ ਦੀ ਸ਼ਹਿਤ ਹੁੰਦੀ ਸੀ ਤੇ ਭਾਜਪਾ ਵਾਲਿਆਂ ਦੇ ਵੀ ਹੁਣ ਕਾਂਗਰਸੀ ਰਾਜ ਆ ਤੇ ਉਹ ਹਫ਼ਤਾ ਵਸੂਲੀ ਅੱਜ ਵੀ ਹੁੰਦੀ ਆ ਉਹਨਾਂ ਸਬਜ਼ੀ ਵਾਲਿਆਂ ਤੋਂ ਵੀ ਹੁੰਦੀ ਆ ਔਰ ਸੰਡੇ ਮਾਰਕੀਟ ਬੜਾ ਤੋਂ ਵੀ ਹੁੰਦੀ ਆ ਹੁਣ ਜਿਹੜੇ ਕਰਦੇ ਉਹ ਕਾਂਗਰਸੀ ਮੰਤਰੀਆਂ ਦੇ ਚੇਲੇ ਆ ਅਕਾਲੀ ਸਰਕਾਰ ਵਲੇ ਲੁਧਿਆਣੇ ਦੀ ਸਬਜ਼ੀ ਮੰਡੀ 'ਚ ਦੋ ਹਫ਼ਤਾ ਵਸੂਲੀ ਵਾਲੇ ਗੈਂਗ ਆਪੋਚ ਲੜ ਪਏ ਇਸ ਗੱਲ ਤੋਂ ਕਿ ਸਬਜ਼ੀ ਮੰਡੀ ਦੇ ਅੰਦਰ ਇੱਕ ਰੇੜੀ ਉਹ ਆ ਗਈ ਜਿਹੜੀ ਅੰਦਰ ਨਹੀਂ ਸੇ ਹੋਣੀ ਬਾਹਰ ਸੀ ਬਾਹਰལਿਆਂ ਤੋਂ ਹਫ਼ਤਾ ਵਸੂਲੀ ਕਰਨ ਵਾਲਾ ਗੈਂਗ ਹੋਰ ਸੀ ਅੰਦਰਿਆਂ ਤੋਂ ਹਫ਼ਤਾ ਵਸੂਲੀ ਕਰਨ ਵਾਲਾ ਗੈਂਗ ਹੋਰ ਸੀ ਔਰ ਦੋਵੇਂ ਗੈਂਗ ਇੱਕੋ ਅਕਾਲੀ ਮੰਤਰੀ ਦੇ ਚੇਲੇ ਸਨ ਉਹਨਾਂ ਦੋਵਾਂ ਦੀ ਆਪੋਚ ਲੜਾਈ ਸੀ ਬਾਹਰਲੇ ਗੈ ਰੇੜੀ ਲੈ ਕੇ ਅੰਦਰ ਸਬਜ਼ੀ ਲੈਣ ਅੰਦਲਿਆ ਨੇ ਆਖਿਆ ਜੇ ਇਥੇ ਆ ਤਾਂ ਤੂੰ ਸਾਨੂੰ ਵੀ ਹਫਤਾ ਦੇ ਉਹਨੇ ਆਖਿਆ ਮੈਂ ਬਾਹਰ ਲਿਆਂ ਦਿੰਦਾ ਦੋਹਾਂ ਤਰ੍ਹਾਂ ਦੇ ਬੰਦੇ ਆ ਗਏ ਗੋਲੀ ਚੱਲ ਗਈ ਇੱਕ ਨੇ ਦੂਜੇ ਦਾ ਬੰਦਾ ਮਾਰਤਾ ਸੀ ਇਹ ਜਿਹੜੀਆਂ ਹਫਤਾ ਵਸੂਲੀਆਂ ਹੁੰਦੀਆਂ ਉਹ ਕਿਹਦੇ ਸਰੋਂ ਪੈਂਦੀਆਂ ਕਿਸਾਨ ਦੇ ਸਰੋਂ ਪੈਂਦੀਆਂ ਕਿ ਖਪਤਕਾਰ ਦੇ ਸਰੋਂ ਪੈਂਦੀਆਂ ਕਿ ਵਿਚਾਲੇ ਵਾਲੇ ਦੇ ਸਰੋਂ ਪੈਂਦੀਆਂ ਇਹ ਵੀ ਕਿਤੇ ਨਾ ਕਿਤੇ ਗਿਣ ਲੈਣਾ ਚਾਹੀਦਾ ਗਿਣਤੀਆਂ ਮਿੰਤੀਆਂ ਰੇਟ ਦੀਆਂ ਕਰਨ ਲੱਗਿਆ ਇਹਦਾ ਵੀ ਅਸਰ ਪੈਂਦਾ ਇਹ ਵੈਸੇ ਇਹ ਵੀ ਵੱਖਰੀ ਜੀ ਚੀਜ਼ ਆ ਨਾ ਇਹ ਕੋਈ ਤੇ ਚੱਲੀ ਸੀ ਨਾ ਜੀ ਵੀ ਕਹਿੰਦੇ ਸ਼ਾਇਦ ਆਟੋ ਤੋਂ 10 ਰੁਪਏ ਦਿਹਾੜੀ ਤੇ ਲੈਣੇ ਉਹੀ ਬੜਾ ਚਰਚਾ ਹੁਣ ਆਟੋ ਕਨੇ ਨੇ ਪੰਜਾਬ ਦੇ ਵਿੱਚ ਜੇ ਆਪਣੇ ਇੰਜੀਨ ਲਾ ਲੈਂਦੇ ਲੈਂਦੇ ਇੱਥੇ ਅੱਡਿਆਂ ਦੇ ਉੱਤੇ ਗੈਰ ਕਾਨੂੰਨੀ ਠੇਕੇਦਾਰ ਨੇ ਲੈਂਦੇ ਨੇ ਹਾਂ ਜਿੰਨੇ ਬਾਸ ਅੱਡਿਆਂ ਦੇ ਲਾਗੇ ਨਜ਼ਾਇਜ਼ ਸਾਈਕਲ ਸਟੈਂਡ ਨੇ ਉਹਨਾਂ ਬਣਾਏ ਆਪਣੇ ਔਰ ਕਈਆਂ ਨੇ ਸਰਕਾਰੀ ਥਾਂ ਦੇ ਉੱਤੇ ਬਣਾਏ ਨੇ ਰੇਲਵੇ ਸਟੇਸ਼ਨਾਂ ਦੇ ਲਾਗੇ ਸਰਕਾਰੀ ਥਾਂ ਤੇ ਬਣਾ ਕੇ ਤੇ ਉਹਨਾਂ ਤੋਂ ਧੱਕੇ ਨਾਲ ਪੈਸੇ ਲਏ ਜਾ ਰਹੇ ਤੇ ਉਹ ਕੋਈ ਸਰਕਾਰ ਨਹੀਂ ਵੇਖਦੀ ਇੱਥੇ ਅਸੀਂ ਜਦੋਂ ਵੇਖਦੇ ਹਾਂ ਕਿ ਆ ਜਦੋਂ ਉੱਠਣਾ ਅਸੀਂ ਨਜ਼ਾਇਜ਼ ਕਬਜ਼ੇ ਛਡਾਉਣ ਚੱਲੇ ਹਾਂ ਗਰੀਬਾਂ ਦੀਆਂ ਬਸਤੀਆਂ 'ਚ ਕ੍ਰੇਨ ਜਾ ਕੇ ਚੱਲ ਜਾਂਦੀ ਐ ਜੀ.ਸੀ.ਬੀ ਮਸ਼ੀਨਾਂ ਲੋਕਾਂ ਦੇ ਘਰ ਢਾਉਂਦੇ ਐ ਪਰ ਜਿਹੜੀਆਂ ਅਮੀਰਾਂ ਦੀਆਂ ਬਸਤੀਆਂ ਜਿੰਨਾ ਪਲਾਟ ਉਹਨਾਂ ਲਿਆ ਹੁੰਦਾ ਉਹਦੇ ਨਾਲ ਦੁੱਗਣਾ ਥਾਂ ਫੁੱਟਪਾਥ ਤੇ ਆਸੇ-ਪਾਸੇ ਸਰਕਾਰੀ ਥਾਂ ਖੇਰੀ ਹੁੰਦੀ ਐ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇੱਥੋਂ ਬੀ.ਐਮ.ਸੀ ਚੌਕ ਤੋਂ ਇੱਕ ਸੜਕ ਜਾਂਦੀ ਆ ਵੱਡੇ ਅਮੀਰਾਂ ਦੀਆਂ ਕੋਠੀਆਂ ਵਿੱਚ ਦੇ ਨਿਕਲ ਕੇ ਉਸ ਸੜਕ ਦੇ ਉੱਤੇ ਚਲੇ ਜਾਓ ਉਸ ਸੜਕ ਦੇ ਨਾਲ ਸਾਈਡ ਤੇ ਇੱਕ ਸਰਵਿਸ ਲੇਨ ਐ ਬਾਕੀ ਸਾਰੇ ਲੋਕਾਂ ਨੇ ਛੱਡੀ ਐ ਇੱਕ ਕੋਠੀ ਜਿੱਥੇ ਜਾ ਕੇ ਨਹੀਂ ਛੱਡੀ ਗਈ ਕੇ ਬਾਕੀਆਂ ਨੇ ਵੀ ਉਹਦੇ ਨਾਲ ਫਿਰ ਨਹੀਂ ਛੱਡੀ ਉਹ ਪਹਿਲੀ ਕੋਠੀ ਇਕਾਈ ਸਬਸਪਰ ਪਰਿਵਾਰ ਦੀ ਹੂੰ ਹੂੰ ਇਹ ਉਹਨਾਂ ਨੂੰ ਕੋ ਪੁੱਛਣ ਵਾਲਾ ਹੈਗਾ ਇਹ ਸਭ ਥਾਂਵਾਂ ਦੇ ਉੱਤੇ ਆ ਤੇ ਇਹ ਜਿਹੜਾ ਪੁਰਾਣਾ ਇੱਕ ਮੁਹਾਵਰਾ ਨਾ ਅੰਗਰੇਜ਼ੀ ਦਾ ਸੀਗਾ ਕਿ ਲਾਬ ਮੇਕਰਸ ਆਰਬੇਟ ਲਾਬਰੇਕਰਸ ਜਿਹੜੇ ਕਾਨੂੰਨ ਬਣਾਉਣ ਵਾਲੇ ਲਾਗੂ ਕਰਾਉਣ ਵਾਲੇ ਉਹੋ ਹੀ ਸਭ ਤੋਂ ਪਹਿਲਾਂ ਕਾਨੂੰਨ ਤੋੜਦੇ ਆ ਇਹ ਸਾਡੇ ਭਾਰਤ ਵਿੱਚ ਦੇ ਆਮ ਹੁੰਦਾ ਜੀ ਜਿਹਦਾ ਰਾਜ ਹੈ ਉਹਦਾ ਇੱਕ ਤਰਫਾ ਰਾਜ ਉਹ ਆਪਣੇ ਆਪ ਅੱਜ ਕੱਲ ਆਪਣੇ ਆਪ ਨੂੰ ਵੋਟਰਾਂ ਨਾਲ ਚੁਣੇ ਲੀਡਰ ਨਹੀਂ ਸਮਝਦੇ ਉਹ ਕਿਸੇ ਟੈਸਟ ਨਾਲ ਪਾਸ ਹੋ ਕੇ ਆਇਆ ਅਫਸਰ ਨਹੀਂ ਸਮਝਦੇ ਇਹ ਸਾਰੇ ਆਪਣੇ ਆਪ ਨੂੰ ਹਾਕਮ ਸਮਝਦੇ ਕਹਿੰਦੇ ਰੱਬ ਨੇ ਮੌਕਾ ਦਿੱਤਾ ਛੱਡਣਾ ਕਾਨੂੰ ਅਸਾ ਚਲੋ ਆ ਆਮ ਦੀ ਗੱਲ ਚੱਲੀ ਤੁਸੀਂ ਬਹੁਤ ਵਾਰ ਅਕਾਲੀ ਸ਼ਬਦ ਯੂਜ਼ ਕੀਤਾ ਪਰ ਅੱਜ ਅਕਾਲੀ ਦਲ ਦਾ ਜਿਹੜਾ 100 ਸਾਲਾ ਜਲਾਸ ਹੈ ਜੀ ਪੂਰਾ ਹੋਇਆ ਸਮਾਗਮ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਿਛਲਾ ਕੁਰਬਾਨੀਆਂ ਵਾਲਾ ਇਤਿਹਾਸ ਵੀ ਅੱਜ ਸੁਣਾਇਆ ਸਾਰਿਆਂ ਨੇ ਪੜ੍ਹ ਕੇ ਉਹਦੀ ਵੀ ਗੱਲ ਕਰ ਲਈਏ ਪਤਾ ਨਹੀਂ ਇਹਨਾਂ ਦਾ ਕਿਹੜਾ ਕੁਰਬਾਨੀਆਂ ਵਾਲਾ ਇਤਿਹਾਸ ਇਤਿਹਾਸ ਜਿੰਨਾ ਦਾ ਸੀ ਉਹ ਤਾਂ ਅੱਜਕੱਲ੍ਹ ਲੱਭਦੇ ਕੋਈ ਨਹੀਂ ਜਿਹੜੇ ਜੇਲਾਂ ਦੇ ਵਿੱਚ ਦਰਿਆ ਦੇ ਉੱਤੇ ਲੱਕ ਰਗੜਦੇ ਰਹੇ ਜੀ ਅਜੇ ਬਾਪੂ ਪ੍ਰਕਾਸ਼ ਸਿੰਘ ਬਾਦਲ ਵੀ ਜੇਲ ਜਾਂਦਾ ਰਿਹਾ ਹੋਵੇਗਾ ਆ ਜਿਹੜੀ ਨਵੀਂ ਪੀੜ੍ਹੀ ਆ 40 40 50 50 ਲੱਖ ਦੀਆਂ ਗੱਡੀਆਂ ਤੇ ਘੁੰਮਣ ਵਾਲੀ ਜਿਨ੍ਹਾਂ ਦੇ ਕਾਰੋਬਾਰ ਹੀ ਨਹੀਂ ਸਾਂਭੇ ਜਾਂਦੇ ਇਸ ਪੀੜ੍ਹੀ ਨੂੰ ਅਕਾਲੀ ਦਲ ਦੀ ਵਿਰਾਸਤ ਦੀ ਕਿੰਨੀ ਸਮਝ ਹੋ ਸਕਦੀ ਆ ਅਕਾਲੀ ਦਲ ਤੁਰਿਆ ਕਿੱਥੋਂ ਸੀ ਪਹੁੰਚਿਆ ਕਿੱਥੇ ਪਹਿਲਾਂ ਚੜਦਾ ਗਿਆ ਚੜਦਾ ਗਿਆ ਚੜਦਾ ਗਿਆ ਫਿਰ ਇੱਥੇ ਆ ਗਿਆ ਕਿ ਆਪਣੇ ਸਿਰ ਰਾਜ ਕਰਨ ਜੋਗਾ ਵੀ ਹੋ ਗਿਆ ਭਾਈਵਾਲ ਪਾਰਟੀ ਨੂੰ ਟਿੱਚ ਜਾਣ ਦੱਸ ਅੱਜ ਉਹਨੂੰ ਭਾਈਵਾਲ ਪਾਰਟੀ ਵਿੱਚ ਜਾ ਟਿੱਚ ਜਾਂਦੀ ਹੈ ਤੇ ਦੂਸਰੇ ਲੋਕ ਵੀ ਟਿੱਚ ਜਾਂਦੇ ਆ ਜਿੱਥੋਂ ਤੁਰਿਆ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਇੱਕ ਹਰਾਵਲ ਦਸਤੇ ਦੇ ਤੌਰ ਤੇ ਇਹ ਇਹਦੇ ਮੋਢਲੇ ਐਲਾਨਨਾਮੇ 'ਚ ਕਿਤੇ ਨਹੀਂ ਸੀ ਕਿ ਅਕਾਲੀ ਦਲ ਚੋਣਾਂ ਲੜੇਗਾ ਜੀ ਇਹ ਸੀਗਾ ਕਿ ਇਹ ਤਾਂ ਸਿੱਖ ਧਰਮ ਦੀ ਸੇਵਾ ਵਾਸਤੇ ਸ਼੍ਰੋਮਣੀ ਕਮੇਟੀ ਦੀ ਖੜਗ ਪੁਜਾਵਤ ਸਾਬਤ ਹੋਵੇਗਾ ਉਹਦੇ ਵਾਸਤੇ ਕੰਮ ਕਰੇਗਾ ਜਦੋਂ ਇਹ ਉਧਰੋਂ ਛੱਡ ਕੇ ਤੇ ਚੋਣਾਂ ਵਾਲੇ ਪਾਸੇ ਆ ਗਿਆ ਚੋਣਾਂ ਦੇ ਵਿੱਚ ਰਾਜਨੀਤੀ ਵਿੱਚ ਫਿਰ ਸਭ ਕੁਝ ਚੱਲਦਾ ਹੁੰਦਾ ਇਸ ਰਾਜਨੀਤੀ ਨੇ ਕਈ ਰੰਗ ਵਿਖਾਏ ਇੱਥੇ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਵਰਗਿਆਂ ਨੇ ਮਰਨਮਰਤ ਰੱਖੇ ਤੇ ਛੱਡੇ ਉਹਦਾ ਵੀ ਡਰਾਮਾ ਹੋਇਆ ਪਾਸੇ ਤੋਂ ਆ ਕੇ ਦਰਸ਼ਨ ਸਿੰਘ ਫੇਰੂਮਾਨ ਬਹਿ ਗਿਆ ਉਹਨੇ ਮਰਨਮਰਤ ਰੱਖਿਆ ਮੁੜ ਕੇ ਕਿਸੇ ਦੀ ਅੱਖੇ ਛੱਡਿਆ ਹੀ ਨਹੀਂ 74 ਦਿਨ ਪੁਖਾਰਿਆ ਕੇ ਤੁਰ ਗਿਆ ਉਹ ਅਕਾਲੀ ਦਲ ਦਾ ਤੇ ਮੈਂਬਰ ਹੀ ਸੀ ਔਰ ਅਕਾਲੀ ਸਰਕਾਰ ਦੇ ਹੁੰਦਿਆਂ ਉਹ 74 ਦਿਨ ਮਰਨਮਰਤ ਰੱਖ ਕੇ ਤੇ ਤੁਰ ਗਿਆ ਸੀ ਜੇ ਅਕਾਲੀ ਦਲ ਪਹਿਲਾਂ ਵਾਲਾ ਅਕਾਲੀ ਦਲ ਹੁੰਦਾ ਤੇ ਇਦਾਂ ਥੜਾ ਹੋ ਸਕਦਾ ਸੀ ਇਹ ਅਕਾਲੀ ਸਰਕਾਰ ਦੇ ਵਕਤ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਭ ਤੋਂ ਵੱਡੇ ਕਾਂਡ ਹੋਏ ਜਿੰਨੀਆਂ ਸਿੱਖ ਸੰਸਥਾਵਾਂ ਨੂੰ ਢਾਹ ਲੱਗੀ ਅਕਾਲੀ ਦਲ ਦੇ ਨਾਂ ਲੱਗਦੀ ਪਈ ਆ ਅੱਜ ਵੀ ਅਕਾਲੀ ਦਲ ਨੇ ਜੇ ਆਪਣੇ ਪੁਰਾਣਾ ਅਕਸ ਬਹਾਲ ਕਰਨਾ ਜੇ ਪੁਰਾਣਾ ਵਕਾਰ ਸਤਕਾਰ ਬਹਾਲ ਕਰਨਾ ਤੇ ਅਕਾਲੀ ਦਲ ਨੂੰ ਆਪਣੀਆਂ ਰਵੈਤਾਂ ਭਾਸ਼ਣਾ ਵਿੱਚ ਨਹੀਂ ਅਮਨਾ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਉਸ ਥਾਂ ਤੇ ਮੁੜ ਕੇ ਜਾਣਾ ਚਾਹੀਦਾ ਜਿੱਥੋਂ ਤੁਰੇ ਸੀ ਔਰ ਉਸ ਕਿਸਮ ਦੇ ਲੋਕਾਂ ਨੂੰ ਜਿਹੜੇ ਬਿਲਕੁਲ ਕਿਰਤ ਕਰਕੇ ਖਾਣ ਵਾਲੇ ਆ ਉਹਨਾਂ ਨੂੰ ਲਿਆ ਕੇ ਆਪਣੇ ਵਿੱਚ ਸ਼ਾਮਲ ਕਰਨਾ ਚਾਹੀਦਾ ਉਹਨਾਂ ਦੇ ਨਾਲ ਇੱਕ ਵਾਰੀ ਪੁਰਾਣਾ ਦੌਰ ਉਹ ਵਾਪਸ ਲਿਆਉਣ ਦਾ ਸੁਪਨਾ ਚਿਤਉਣਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਹੁਣ ਤੁਸੀਂ ਕਾਰਾਂ ਛੱਡ ਕੇ ਘੋੜਿਆਂ ਤੇ ਚੱਲ ਜਿਓ ਪਰ ਜਿੱਥੋਂ ਤੁਰੇ ਸੀ ਉਸ ਵਿਰਾਸਤ ਨੂੰ ਖਾਸ ਤੌਰ ਤੇ ਉਸ ਸੋਚ ਤੇ ਉਸ ਸਿਧਾਂਤ ਨੂੰ ਚੇਤੇਤਾ ਕਰ ਲੋ ਉਹਨੂੰ ਛੱਡਿਆ ਪਿਆ ਹੁਣ ਤਾਂ ਹਵਾ 'ਚ ਤਲਵਾਰਾਂ ਮਾਰਦੇ ਆ ਠੀਕ ਹੈ ਫਿਰ ਵੀ ਇਹਨਾਂ ਨੇ ਸੌ ਸਾਲ ਦਾ ਮਨਾ ਲਿਆ ਇਹੋ ਜਿਹੇ ਹਾਲਾਤ 'ਚ ਹੀ ਮਨਾ ਲਿਆ ਕਹਿੰਦੇ ਸੀ ਮਨਾਉਣਾ ਨਹੀਂ ਚਲੋ ਮਨਾ ਲਿਆ ਇਹਨਾਂ ਨੂੰ ਵਧਾਈ ਦੇਣੇ ਆ ਪਰ ਰਵਾਇਤਾਂ ਦਾ ਚੇਤਾ ਸਿਰਫ ਕਾਗਜ਼ੀ ਪੱਤਰੀ ਨਹੀਂ ਕਰੀਦਾ ਅਮਲਾਂ 'ਚ ਕਰਨਾ ਚਾਹੀਦਾ ਜੀ ਹੁਣ ਸਭ ਤੁਸੀਂ ਆਏ ਸਮਾਂ ਕੱਢਿਆ ਜੀ ਬਹੁਤ ਧੰਨਵਾਦ ਹੈ ਜਿਸ ਨਾਲ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ